अगर आप भी बड़े स्वाद से चने भटूरे खाते हैं तो जरा सावधान हो जाइए। दरअसल घर पर मंगवाए भटूरे में से सुसरी मिलने से हड़कंप मच गया है। जी हाँ, जिसका वीडियो सोशल मीडिया पर खूब वायरल हो रहा है। आपको बता दें, वीडियो वायरल होने के बाद स्वास्थ्य विभाग की ओर से जिस दुकान से वो चने भटूरे मंगवाए गए थे उस दुकान पर छापा मारा गया, जिससे वहां पर मौजूद दुकानदार के हाथ पांव फूल गए। विभाग के अधिकारियों का कहना है कि दुकानदार की ओर से मैदे को छानने की बजाय सीधे बोरी से जो मैदा है वो लिया जाता है, जिस वजह से इसमें सुसरी पाई गई। फिलहाल अधिकारियों की ओर से दुकानदार को मैदा छानने की हिदायत दी गई है। वहीं आपको बता दें, जो सोशल मीडिया पर ये वीडियो वायरल हो रहा है, ये अमृतसर का बताया जा रहा है। आप भी डालिए इस पूरे वीडियो पर एक नजर। हाँ जी सर, की कहना चाहते हो? सोशल मीडिया पर वायरल हुई वीडियो जिहड़ी भटूरियां दे विच सुसरियां आ गईआं सी, तुसीं रेड कीती है, की मिलिआ? ਦੇਖੋ, ਸੋਸ਼ਲ ਮੀਡੀਆ ਰਾਹੀਂ ਸਾਨੂੰ ਇੱਕ ਜਿਹੜੀ ਹੈ ਵੀਡੀਓ ਕਲਿੱਪ ਮਿਲੀ ਸੀ, ਜਿਹਦੇ ਵਿੱਚ ਜਿਹੜਾ ਭਟੂਰੇ ਦੇ ਵਿੱਚ ਸੁਸਰੀ ਜਿਹੜੀ ਹੈ ਉਹ ਪਾਈ ਗਈ ਹੈ, ਜਿਸ ਦੇ ਮੁਤਲਕ ਅੱਜ ਅਸੀਂ ਜਿਸ ਦੁਕਾਨ ਦੀ ਵੀਡੀਓ ਆਈ ਸੀ ਉਸ ਦੁਕਾਨ 'ਤੇ ਰੇਡ ਕੀਤੀ ਗਈ ਹੈ ਟੀਮ ਵੱਲੋਂ। ਟੀਮ ਦੇ ਵਿੱਚ ਮੇਰੇ ਨਾਲ ਫੂਡ ਸੇਫਟੀ ਆਫਿਸਰ ਕਮਲਦੀਪ ਕੌਰ ਨੇ। ਤੋ ਅਸੀਂ ਜਿਹੜੀ ਹੈ ਸਾਰੀ ਦੁਕਾਨ ਦੀ ਇੰਸਪੈਕਸ਼ਨ ਕੀਤੀ ਹੈ। ਦੁਕਾਨ ਦੇ ਵਿੱਚ ਅਸੀਂ ਦੇਖਿਆ ਕਿ ਜਿਹੜਾ ਇਸਨੇ ਮੈਦਾ ਰੱਖਿਆ ਹੋਇਆ ਸੀ ਉਹ ਤੋੜੇ ਦੇ ਵਿੱਚੋਂ ਡਾਇਰੈਕਟਲੀ ਮੈਦਾ ਜਿਹੜਾ ਯੂਜ਼ ਕਰ ਰਿਹਾ, ਜਿਸ ਕਾਰਨ ਇਹ ਵਾਕਿਆ ਹੋਇਆ। ਔਰ ਇਸਨੂੰ ਸਖ਼ਤ ਹਦਾਇਤਾਂ ਕੀਤੀਆਂ ਕਿ ਜਿਹੜਾ ਮੈਦਾ ਹੈ ਇਸ ਦੇ ਲਈ ਇੱਕ ਵੱਖਰੇ ਤੌਰ 'ਤੇ ਡਰੰਮੀ ਲਗਾਈ ਜਾਵੇ, ਔਰ ਉਸ ਤੋਂ ਬਾਅਦ ਹੀ ਜਿਹੜਾ ਹੈ ਛਾਣ ਕੇ ਇਸ ਛਾਣਨੀ ਦੇ ਨਾਲ ਮੈਦੇ ਨੂੰ ਯੂਜ਼ 'ਚ ਲਿਆਂਦਾ ਜਾਵੇ। ਸੋ ਆਪਾਂ ਜਿਹੜਾ ਹੈ ਇਸ ਦੀ ਦੁਕਾਨ ਦੇ ਉੱਤੇ ਦੋ ਸੈਂਪਲ ਜਿਹੜੇ ਹੈ ਇਹਦੇ ਜਿਹੜਾ ਮੈਦੇ ਦਾ ਥੋੜ੍ਹਾ ਸੀ ਮੈਦੇ ਦੇ ਔਰ ਪ੍ਰੀਪੇਅਰਡ ਚਨੇ ਦੇ ਜਿਹੜੇ ਦੋ ਸੈਂਪਲ ਹੈ ਉਹ ਫੂਡ ਸੇਫਟੀ ਡਿਪਾਰਟਮੈਂਟ ਵੱਲੋਂ ਲੈ ਲਏ ਗਏ। ਹਦਾਇਤਾਂ ਇਸਨੂੰ ਜਾਰੀ ਕੀਤੀਆਂ ਜੀ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸਿਆ ਕਿ ਡਰੰਮੀ ਦਾ ਇਸਨੂੰ ਪਿਆ, ਐਂਡ ਸੈਕੰਡਲੀ ਜਿਹੜੀ ਹੈ ਸਾਫ਼ ਸਫਾਈ ਦਾ ਪ੍ਰਬੰਧ ਬਿਲਕੁਲ ਠੀਕ ਹੋਵੇ ਔਰ ਜਿਹੜੀ ਆਪਣਾ ਫੂਡ ਸੇਫਟੀ ਦਾ ਜਿਹੜੇ ਜੋ ਵੀ ਨੋਰਮਸ ਆ ਉਹਨੂੰ ਫੋਲੋ ਕਰੋ। ਸਰ, ਇੱਕ ਹੋਰ ਕੰਪਲੇਂਟ ਆ ਰਹੀ ਹੈ ਕਿ ਬਾਜ਼ਾਰ ਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਜ਼ਿਕਰ ਕਰੀਆਂ ਵਾ, ਨਮਕੀਨ, ਮੱਠੀ, ਇਹੋ ਜਿਹੀਆਂ ਚੀਜ਼ਾਂ ਬੰਦ ਪੈਕਟ, ਹਾਲਾਂਕਿ ਉਸ ਦੇ ਉੱਤੇ ਕੋਈ MRP ਨਹੀਂ ਆ ਜਾਂ ਕੋਈ ਐਕਸਪਾਇਰੀ ਨਹੀਂ ਆ, ਉਹਨਾਂ ਨੂੰ ਲੈ ਕੇ ਵੀ ਕੋਈ ਹਦਾਇਤਾਂ ਜਾਰੀ ਕੀਤੀ ਜਾਊਂਗੇ? ਬਿਲਕੁਲ ਜੀ, ਬਿਲਕੁਲ, ਅਸੀਂ ਦੁਕਾਨਾਂ 'ਤੇ ਚੈਕਿੰਗ ਕਰਾਂਗੇ, ਜਿੱਥੇ ਵੀ ਸਾਨੂੰ ਇਹੋ ਜਿਹੀ ਕੋਈ ਚੀਜ਼ ਪਾਈ ਗਈ ਉੱਥੇ ਅਸੀਂ ਐਸ ਪਰ ਲਾਅ ਐਕਸ਼ਨ ਕਰਾਂਗੇ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ? ਸੋਸ਼ਲ ਮੀਡੀਆ ਤੋਂ ਵਾਇਰਲ ਹੋਈ ਸੀ ਵੀਡੀਓ ਜਿਹੜੀ ਭਟੂਰਿਆਂ ਦੇ ਵਿੱਚ ਸੁਸਰੀਆਂ ਆ ਗਈਆਂ ਸੀ, ਤੁਸੀਂ ਰੇਡ ਕੀਤੀ ਹੈ, ਕੀ ਮਿਲਿਆ? ਦੇਖੋ, ਸੋਸ਼ਲ ਮੀਡੀਆ ਰਾਹੀਂ ਸਾਨੂੰ ਇੱਕ ਜਿਹੜੀ ਹੈ ਵੀਡੀਓ ਕਲਿੱਪ ਮਿਲੀ ਸੀ, ਜਿਹਦੇ ਵਿੱਚ ਜਿਹੜਾ ਭਟੂਰੇ ਦੇ ਵਿੱਚ ਸੁਸਰੀ ਜਿਹੜੀ ਹੈ ਉਹ ਪਾਈ ਗਈ ਹੈ, ਜਿਸ ਦੇ ਮੁਤਲਕ ਅੱਜ ਅਸੀਂ ਜਿਸ ਦੁਕਾਨ ਦੀ ਵੀਡੀਓ ਆਈ ਸੀ ਉਸ ਦੁਕਾਨ 'ਤੇ ਰੇਡ ਕੀਤੀ ਗਈ ਹੈ ਟੀਮ ਵੱਲੋਂ। ਟੀਮ ਦੇ ਵਿੱਚ ਮੇਰੇ ਨਾਲ ਫੂਡ ਸੇਫਟੀ ਆਫਿਸਰ ਕਮਲਦੀਪ ਕੌਰ ਨੇ। ਤੋ ਅਸੀਂ ਜਿਹੜੀ ਹੈ ਸਾਰੀ ਦੁਕਾਨ ਦੀ ਇੰਸਪੈਕਸ਼ਨ ਕੀਤੀ ਹੈ। ਦੁਕਾਨ ਦੇ ਵਿੱਚ ਅਸੀਂ ਦੇਖਿਆ ਕਿ ਜਿਹੜਾ ਇਸਨੇ ਮੈਦਾ ਰੱਖਿਆ ਹੋਇਆ ਸੀ ਉਹ ਤੋੜੇ ਦੇ ਵਿੱਚੋਂ ਡਾਇਰੈਕਟਲੀ ਮੈਦਾ ਜਿਹੜਾ ਯੂਜ਼ ਕਰ ਰਿਹਾ, ਜਿਸ ਕਾਰਨ ਇਹ ਵਾਕਿਆ ਹੋਇਆ। ਔਰ ਇਸਨੂੰ ਸਖ਼ਤ ਹਦਾਇਤਾਂ ਕੀਤੀਆਂ ਕਿ ਜਿਹੜਾ ਮੈਦਾ ਹੈ ਇਸ ਦੇ ਲਈ ਇੱਕ ਵੱਖਰੇ ਤੌਰ 'ਤੇ ਡਰੰਮੀ ਲਗਾਈ ਜਾਵੇ ਔਰ ਉਸ ਤੋਂ ਬਾਅਦ ਹੀ ਜਿਹੜਾ ਹੈ ਛਾਣ ਕੇ ਇਸ ਛਾਣਨੀ ਦੇ ਨਾਲ ਮੈਦੇ ਨੂੰ ਯੂਜ਼ 'ਚ ਲਿਆਂਦਾ ਜਾਵੇ। ਸੋ ਆਪਾਂ ਜਿਹੜਾ ਹੈ ਇਸ ਦੀ ਦੁਕਾਨ ਦੇ ਉੱਤੇ ਦੋ ਸੈਂਪਲ ਜਿਹੜੇ ਹੈ ਇਹਦੇ ਜਿਹੜਾ ਮੈਦੇ ਦਾ ਥੋੜ੍ਹਾ ਸੀ ਮੈਦੇ ਦੇ ਔਰ ਪ੍ਰੀਪੇਅਰਡ ਚਨੇ ਦੇ ਜਿਹੜੇ ਦੋ ਸੈਂਪਲ ਹੈ ਉਹ ਫੂਡ ਸੇਫਟੀ ਡਿਪਾਰਟਮੈਂਟ ਵੱਲੋਂ ਲੈ ਲਏ ਗਏ। ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ? ਹਦਾਇਤਾਂ ਇਸਨੂੰ ਜਾਰੀ ਕੀਤੀਆਂ ਜੀ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸਿਆ ਕਿ ਡਰੰਮੀ ਦਾ ਇਸਨੂੰ ਪਿਆ, ਐਂਡ ਸੈਕੰਡਲੀ ਜਿਹੜੀ ਹੈ ਸਾਫ਼ ਸਫਾਈ ਦਾ ਪ੍ਰਬੰਧ ਬਿਲਕੁਲ ਠੀਕ ਹੋਵੇ ਔਰ ਜਿਹੜੀ ਆਪਣਾ ਫੂਡ ਸੇਫਟੀ ਦਾ ਜਿਹੜੇ ਜੋ ਵੀ ਨੋਰਮਸ ਆ ਉਹਨੂੰ ਫੋਲੋ ਕਰੋ। ਸਰ, ਇੱਕ ਹੋਰ ਕੰਪਲੇਂਟ ਆ ਰਹੀ ਹੈ ਕਿ ਬਾਜ਼ਾਰ ਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਜ਼ਿਕਰ ਕਰੀਆਂ ਵਾ, ਨਮਕੀਨ, ਮੱਠੀ, ਇਹੋ ਜਿਹੀਆਂ ਚੀਜ਼ਾਂ ਬੰਦ ਪੈਕਟ, ਹਾਲਾਂਕਿ ਉਸ ਦੇ ਉੱਤੇ ਕੋਈ MRP ਨਹੀਂ ਆ ਜਾਂ ਕੋਈ ਐਕਸਪਾਇਰੀ ਨਹੀਂ ਆ, ਉਹਨਾਂ ਨੂੰ ਲੈ ਕੇ ਵੀ ਕੋਈ ਹਦਾਇਤਾਂ ਜਾਰੀ ਕੀਤੀ ਜਾਊਂਗੇ? ਬਿਲਕੁਲ ਜੀ, ਬਿਲਕੁਲ, ਅਸੀਂ ਦੁਕਾਨਾਂ 'ਤੇ ਚੈਕਿੰਗ ਕਰਾਂਗੇ, ਜਿੱਥੇ ਵੀ ਸਾਨੂੰ ਇਹੋ ਜਿਹੀ ਕੋਈ ਚੀਜ਼ ਪਾਈ ਗਈ ਉੱਥੇ ਅਸੀਂ ਐਸ ਪਰ ਲਾਅ ਐਕਸ਼ਨ ਕਰਾਂਗੇ।